جمال مالا تكاي ومي كرما كماي गायो नहीं जन्म आकार तुकी
ಸೊಂಡರೆ ಮನ
Oh, my God.
بسنتي سنو سهاي تنگلائی پنچ مار جا سرما نام پاس کر آئے تن رتن منگل سہائے سس بن آئے بلودا گاوے سس بسنت تم گا اٹ پتر میں کر سواری پن آئی بھی کوئی واری کجری پٹ منجری ٹوٹی کہی الاپ آمودی آو گجری کلم کا کم چلو رام ملک سوچم پہنچے ناما کانرا کلیانا اچھ پجر دی پہنچے جانا کامل سری راوے گاوے پنچو سنگ پرنگل لاوے حیراری کرنا کی تری روی گاوی ساوری لاکھی سیگا سو پنچو سابی سالو ساگ ساگرا اور گوڑ گمبھیر اٹ پچھو سیگا سی گوڑ کو گمبھیر اٹھ میگرا وے گاوا پنچو گڑ لاوی سوک گوڑ ملاوی تمہیں گنگ گاوی آسا گوڑی ਉੱਤੇ ਸੋ ਕੋ ਤੀਨੀ ਮੇਗੜਾ ਸੋ ਪੰਚੋ ਤੀਨੀ ਬੈਰਾ ਤਾਰ ਦਾ ਤਾਰ ਕੇਰਾ ਜਬਲੀ ਕਰ ਦਖਾਓ ਜਲ ਤਾਰ ਉਨ ਗਾਵੇ ਸੰਗ ਉਹ ਸਮਾ ਮੇਗੜਾ ਹੁਕਮ ਕੈ ਨਾਮ ਹਾਈ ਤਰਾ ਦੇ ਉਨ ਗਾਏ ਰਾਗਨੀ ਤੀਸਾ Thank you.
Yes, sir.
ਇਸ ਸ਼ਬਦ ਅੰਦਰ ਸਾਨੂੰ ਮਨੁੱਖੀ ਜੀਵਨ ਨੂੰ ਸਮਝਾਉਂਦੇ ਹੋਏ ਪਰਮਾਨ ਬਖਸ਼ਦੇ ਨੇ ਕਿ ਇਸ ਸੰਸਾਰ ਦੇ ਉੱਤੇ ਕਿਸੇ ਦਾ ਵੀ ਕੋਈ ਨਹੀਂ ਜੋ ਆਇਆ ਹੈ ਉਸਨੇ ਜਾਣਾ ਜ਼ਰੂਰ ਹੈ ਆਓ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਦੀ ਪ੍ਰਤਾਪ ਅਤੇ ਅੰਤ ਸਤਿਗੁਰ ਬੋਲੇ ਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ ਦੇ ਮਹਾਰਾਜ ਅਨੁਸਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਅੰਦਰ ਰਾਮੀ ਕੀਰਤਨ ਬੜਾ ਰੰਭ ਹੈ ਇਸ ਲਈ ਗੱਲਾਂ ਦਾ ਤਿਆਗ ਕਰਕੇ ਸਾਰੇ ਹੀ ਆਪਣੇ ਮਨ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੋੜੀਏ ਆਪਣੀ ਸੁਰਤੀ ਬਿਰਤੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਟਿਕਾਈਏ ਅਤੇ ਸਾਰੇ ਹੀ ਗਾਈਏ ਇਹ ਸ਼ਬਦ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਕਰ ਵਰ ਪੰਖ ਵਸੇਰਾ ਆਹ ਸਾਰੇ ਰਲ ਮਿਲ ਕੇ ਗੁਰੂ ਦਾ ਕੀਰਤਨ ਕਰੀਏ ਸਾਰੇ ਰਲ ਸ਼ਬਦ ਦਾ ਜਾਪ ਕਰੀਏ ਇਸ ਸ਼ਬਦ ਦਾ ਕੀਰਤਨ ਕਰੀਏ ਇਹੀ ਸੱਚੀ ਅਤੇ ਸੁੱਚੀ ਸ਼ਰਧਾਂਜਲੀ ਹੈ ਗੱਲਾਂ ਦਾ ਤਿਆਗ ਕਰਕੇ ਸਤਿ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜ ਕੇ ਇਹ ਸ਼ਬਦ ਦਾ ਕੀਰਤਨ ਸਾਰੇ ਰਲ ਮਿਲ ਕੇ ਕਰੀਏ ਜੀ
Yeah.
Thank you.
I'm
Bhav dal nind pare,
Thank you.
دن ترجمة
कर बंदगी कर बंदगी छाड़ मैं मेरा कर बंदगी कर बंदगी कर बंदगी कर बंदगी छाड़ मैं मेरा कर बंदगी कर बंदगी छाड़ मैं मेरा सत नाम वाहे गुरु सत नाम वाहे सारे जपो सत नाम Thank you.
ਸਾਨੂੰ ਮਨੁੱਖੀ ਜੀਵਾਂ ਨੂੰ ਸਮਝਾਉਂਦੇ ਹੋਏ ਆਪਣੀ ਰਸਨਾ ਦੁਆਰਾ ਪਰਮਾਨ ਬਖਸ਼ਦੇ ਨੇ ਕਰ ਬੰਦਗੀ ਛਾੜ ਮੈਂ ਮੇਰਾ ਹਿਰਦੇ ਨਾਮ ਸਮਾਰ ਸਵੇ ਇਸ ਜਨਮ ਦੇ ਅੰਦਰ ਜੇ ਕੋਈ ਚੀਜ਼ ਲਾਹੇਵੰਦ ਹੈ ਤਾਂ ਉਹ ਹੈ ਪਰਿਪੂਰਨ ਪਰਮਾਤਮਾ ਦੀ ਬੰਦਗੀ ਜੋ ਇਨਸਾਨ ਇਸ ਜਨਮ ਦੇ ਅੰਦਰ ਪਰਿਪੂਰਨ ਪਰਮਾਤਮਾ ਦੀ ਬੰਦਗੀ ਕਰਦੇ ਨੇ ਉਹ ਜ਼ਿੰਦਗੀ ਦੀ ਬਾਜ਼ੀ ਜਿੱਤ ਕੇ ਚਲੇ ਜਾਂਦੇ ਨੇ ਭਗਤ ਕਬੀਰ ਜੀ ਨੇ ਸਾਨੂੰ ਬੜਾ ਸੁੰਦਰ ਸਮਝਾਇਆ ਹੈ ਫਰਮਾਨ ਰਾਹੀਂ ਗੁਰਬਾਣੀ ਰਾਹੀਂ ਕਹਿਤ ਕਬੀਰ ਜੀਤ ਕਹਿਲਾਰ ਕਹਿਓ ਬਹੁ ਬਿਨ ਕਹਿਓ ਪੁਕਾਰ ਪੁਕਾਰ ਭਾਈ ਤੇਰੀ ਮਰਜ਼ੀ ਹੈ ਤੈਨੂੰ ਪਰਮਾਤਮਾ ਵੱਲੋਂ ਮਨੁੱਖਾ ਜਨਮ ਮਿਲਿਆ ਇਸ ਮਨੁੱਖਾ ਜਨਮ ਨੂੰ ਤੂੰ ਜਿੱਤ ਕੇ ਜਾਣਾ ਹੈ ਕਿ ਹਾਰ ਕੇ ਜਾਣਾ ਹੈ ਇਹ ਤੇਰੀ ਮਰਜ਼ੀ ਹੈ ਜੇ ਤੇ ਨੂੰ ਜਿੱਤਣਾ ਹੈ ਤਾਂ ਫਿਰ ਪਰਿਪੂਰਨ ਪਰਮਾਤਮਾ ਦੀ ਬੰਦਗੀ ਜ਼ਰੂਰੀ ਹੈ ਕਿਉਂਕਿ ਮਨੁੱਖਾ ਜਨਮ ਦੇ ਜ਼ਰੀਏ ਹੀ ਬੰਦਗੀ ਕੀਤੀ ਜਾ ਸਕਦੀ ਹੈ ਹੋਰ ਕਿਸੇ ਜੂਨ ਦੇ ਵਿੱਚ ਬੰਦਗੀ ਨਹੀਂ ਹੋ ਸਕਦੀ ਇਹ ਠੀਕ ਹੈ ਕਿ ਅਸੀਂ 84 ਲੱਖ ਜੂਨਾਂ ਨੂੰ ਦੇਖਦੇ ਹਾਂ ਅੱਖਾਂ ਦੇਖਦੀਆਂ ਨੇ ਦਿਮਾਗ ਚੱਲਦਾ ਹੈ ਸਰੀਰ ਹਰਕਤ ਕਰਦਾ ਹੈ ਲੇਕਿਨ ਜ਼ਬਾਨ ਬੰਦ ਹੋਣ ਕਾਰਨ ਬੰਦਗੀ ਨਹੀਂ ਹੋ ਸਕਦੀ ਭਗਤ ਕਬੀਰ ਜੀ ਨੇ ਸਾਨੂੰ ਸਮਝਾਇਆ ਚਾਰ ਪਾਉ ਦੋਏ ਸੇਕ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ ਉਠਤ ਬੈਠ ਠੇਂਗਾ ਪਰ ਹੈ ਤਬ ਤੱਕ ਮੂੰਹ ਲੁ ਗਈ ਐ ਭਾਈ ਜੇ ਤੇਰੇ ਦੇ ਸਿਰ ਦੇ ਉੱਤੇ ਤੇਰੇ ਚਾਰ ਪੈਰ ਹੋਣ ਔਰ ਤੇਰੇ ਸਿਰ ਦੇ ਉੱਤੇ ਦੋ ਸੇਕ ਹੋਣ ਤਾਂ ਤੈਨੂੰ ਕਿਹਾ ਜਾਵੇ ਕਿ ਬੰਦਗੀ ਕਰ ਤੇਰਾ ਗੁੰਗਾ ਮੁਖ ਹੋਣ ਕਾਰਨ ਤੂੰ ਬੰਦਗੀ ਨਹੀਂ ਕਰ ਸਕਦਾ ਫਿਰ ਜਿਹਨੇ ਤੈਨੂੰ ਰੱਖਿਆ ਹੋਏਗਾ ਜਿਹੜਾ ਤੇਰਾ ਮਾਲਕ ਹੋਏਗਾ ਤੈਨੂੰ ਉੱਠਦਿਆਂ ਵੀ ਸੋਟਾ ਮਾਰੇਗਾ ਬੈਠਦਿਆਂ ਵੀ ਸੋਟਾ ਮਾਰੇਗਾ ਦੱਸ ਫਿਰ ਤੂੰ ਕਿੱਥੇ ਆਪਣਾ ਮੂੰਹ ਲਗੋਏਗਾ ਇਸ ਲਈ ਭਾਈ ਇਹ ਜੋ ਸਾਨੂੰ ਮਨੁੱਖਾ ਜਨਮ ਮਿਲਿਆ ਬੜੇ ਭਾਗਾਂ ਦੇ ਨਾਲ ਮਿਲਦਾ ਬੜੇ ਚੰਗੇ ਕਰਮ ਕੀਤੇ ਹੋਣ ਤਾਂ ਇਹ ਮਨੁੱਖਾ ਜਨਮ ਪ੍ਰਾਪਤ ਹੁੰਦਾ ਹੈ ਇਸ ਮਨੁੱਖਾ ਜਨਮ ਦਾ ਭਰਪੂਰ ਲਾਭ ਉਠਾਈਏ ਜਿੰਨੀ ਵੀ ਵੱਧ ਤੋਂ ਵੱਧ ਬੰਦਗੀ ਹੋ ਸਕੇ ਬੰਦਗੀ ਕਰਿਆ ਕਰੀਏ ਨਾਮ ਜਪਿਆ ਕਰੀਏ ਗੁਰਬਾਣੀ ਦਾ ਪਾਠ ਕਰਿਆ ਕਰੀਏ ਨਿਤਨੇਮ ਕਰਿਆ ਕਰੀਏ ਇਹੋ ਹੀ ਨਾਲ ਜਾਣਾ ਹੈ ਹੋਰ ਕੋਈ ਵੀ ਚੀਜ਼ ਨਾਲ ਨਹੀਂ ਜਾਣੀ ਸੋ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਕਰ ਮਾਤਾ ਜੀ ਨੂੰ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ ਕਰ ਮਾਂ ਦਾ ਰੋਲ ਇਸ ਸੰਸਾਰ ਦੇ ਵਿੱਚ ਬਹੁਤ ਵੱਡਾ ਹੈ ਇੱਕ ਮਾਂ ਬੱਚੇ ਨੂੰ ਪਾਲਦੀ ਹੈ ਔਰ ਪਾਲਦੀ ਸਾਰੀ ਉਮਰ ਵਧਾ ਦਿੰਦੀ ਹੈ ਪਹਿਲਾਂ ਬੱਚੇ ਨੂੰ ਆਪਣੀ ਗੋਦ ਵਿੱਚ ਪਾਲਦੀ ਹੈ ਔਰ ਜਦੋਂ ਬੱਚਾ ਜਨਮ ਲੈਂਦਾ ਉਦੋਂ ਫਿਰ ਉਸ ਨੂੰ ਪਾਲਦੀ ਹੈ ਵੱਡਾ ਹੋਣ ਤੱਕ ਉਹਦੀ ਸੇਵਾ ਕਰਦੀ ਹੈ ਔਰ ਜਦੋਂ ਵੱਡਾ ਹੋ ਜਾਂਦਾ ਹੈ ਫਿਰ ਵੀ ਮਾਂ ਪਾਲਦੀ ਹੈ ਪਾਲਣ ਦਾ ਤਰੀਕਾ ਬਦਲ ਜਾਂਦਾ ਜਦੋਂ ਬੱਚਾ ਵੱਡਾ ਹੋ ਜਾਵੇ ਫਿਰ ਵੀ ਮਾਂ ਉਸਨੂੰ ਪਾਲਦੀ ਹੈ ਉਹ ਕਿਸ ਤਰ੍ਹਾਂ ਪਾਲਦੀ ਹੈ ਵੱਡੇ ਬੱਚੇ ਦਾ ਪੰਗ ਪਾਲਦੀ ਪਹਿਲਾਂ ਮਾਂ ਬੱਚੇ ਨੂੰ ਵੈਸੇ ਪਾਲਦੀ ਹੈ ਸੇਵਾ ਕਰਕੇ ਔਰ ਜਦੋਂ ਬੱਚਾ ਆਪਣੇ ਪੈਰਾਂ ਸਿਰ ਖੜਾ ਹੋ ਜਾਂਦਾ ਹੈ ਗੱਲ ਨੂੰ ਹਰ ਤਰ੍ਹਾਂ ਸਮਝਦਾ ਹੈ ਫਿਰ ਵੀ ਮਾਂ ਉਸ ਨੂੰ ਪਾਲਦੀ ਹੈ ਉਸ ਦਾ ਪੰਗ ਪਾਲਦੀ ਹੈ ਇਸ ਮਾਂ ਦਾ ਸੰਸਾਰ ਦੇ ਅੰਦਰ ਬੱਚਿਆਂ ਪ੍ਰਤੀ ਬਹੁਤ ਵੱਡਾ ਰੋਲ ਹੈ ਤੂੰ ਸਤਿਗੁਰ ਸੱਚੇ ਪਾਤਸ਼ਾਹ ਦੀ ਮਿਹਰ ਕਰ ਮਾਤਾ ਜੀ ਨੂੰ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ ਕਰ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ ਕਰ ਮਾਤਾ ਜੀ ਦੇ ਦੱਸੇ ਹੋਏ ਨਕਸ਼ੇ ਕਦਮਾਂ ਦੇ ਚੱਲਣ ਦਾ ਬਲ ਤੇ ਬੁੱਧੀ ਨੂੰ ਬਖਸ਼ਿਸ਼ ਕਰ
ਇੱਕ ਵਾਰੀ ਆਪੋ ਆਪਾਂ ਹੀ ਚਲੇ ਮਸਾਇਦ ਦੇਖ
ਆਪੇ ਹਰ ਕ ਰੰਗ ਹੈ ਆਪੇ ਬਹੁਰੰਗੀ ਜੁਗ ਸੁਭਾਵੇ ਨਾਨਕਾ ਸਾਹੀ ਬਲ ਚੰਗੀ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰ ਕਾਇ ਗੁਰੂ ਨਾਨਕ ਲਈ ਧਿਆਏ ਅੰਗਦ ਗੁਰ ਦੇ ਅਮਰਦਾਸ ਰਾਮ ਦਾਸੀ ਹੋਏ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰੋ ਸਿਮਰਿਆ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿੱਥੇ ਸਤਿ ਖਜਾਏ ਤੀ ਬਹਾਦਰ ਸੁੰਦਰੀ ਆਏ ਕਰਮਾਂ ਨੂੰ ਦਿਆਏ ਘਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਰਮ ਦੀ ਧਾਰ ਪੰਥ ਦੇ ਵਾਲੇ ਮੱਕਿਆਂ ਬਾਜਾਂ ਵਾਲੇ ਅੰਮ੍ਰਿਤ ਦੇ ਰਾਮ ਦੇ ਜਿਨ੍ਹਾਂ ਪਿਆਰਿਆਂ ਸਚਾਰਿਆਂ ਦੀ ਕਰਕੇ ਬੋਲੋ ਸ੍ਰੀ ਵਾਹਿਗੁਰੂ ਵਾਹਿਗੁਰੂ ਜਿੰਨਾ ਸਿੰਘ ਸਿੰਘਲੀਆਂ ਧਰਮ ਸੀ ਤੇ ਬੰਦ ਬੰਦ ਕਰਵਾਏ ਚੁੱਕਣੀਆਂ ਲਵਾਈਆਂ ਚਰਖੜੀਆਂ ਤੇ ਤੇ ਤਨਾਰ ਨਾਲ ਚਲਾਏ ਗਏ ਬੋਲੀਆਂ ਦੇ ਗਾਂ ਕੇ ਬਾਲੇ ਗਏ ਜਿਹੜੀ ਗੱਲਾਂ ਨਾਲ ਬੰਨ ਕੇ ਸਾਰੇ ਗਏ ਲੋ ਤੇ ਨਾ ਕਰੇ ਮਾਰੇ ਸੁੱਤੀ ਚੱਕਰ ਨਿਹਾਰੇ ਵਾਲ ਸੁੱਤੀ ਚੱਕੀ ਸਾਸ ਵਾਸਾ ਸੰਗ ਨਿਵਾਜ ਅੱਜਾਂ ਤਖਤਾਂ ਦੀ ਕਮਾਈ ਦਾ ਯਾਦ ਕਰਕੇ ਬੋਲੋ ਸ੍ਰੀ ਵਾਹਿਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਫਤਿਹ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਦੇ ਬੋਲ ਬਾਲੇ ਮਰੋ ਚੌਂਕੀਆਂ ਝੰਡੇ ਗੁੰਗੇ ਜਗੋ ਜਗੀਆ ਠਾਕਾਰਾ ਬੋਲੋ ਸ੍ਰੀ ਵਾਹਿਗੁਰੂ ਸਿੱਖਾਂ ਦਾ ਰਾਖਾ ਅਕਾਲ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰਿਆਂ ਤਾਲਿਆਂ ਦੇ ਤਾਲ ਨਿਵਟਿਆਂ ਦੀ ਜੋੜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਦਾਰ ਮੇਰੀ ਪੀੜ੍ਹੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬੰਦੀ ਸੁਲਤਾਨ ਪਾਤਸ਼ਾਹ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਚ ਅਰਦਾਸ ਦਿੱਤੀ ਸੰਤ ਗੁਰੂ ਪਾਤਸ਼ਾਹ ਜੀ ਆਪ ਜੀ ਦਾ ਵਸਾਇਆ ਹੋਇਆ ਨਗਰ ਗੁਰੂ ਕੀ ਉਡਾਲੀ ਦੇ ਵਸਨੀਕ ਆਪ ਜੀ ਦਾ ਫਰਮਾਨ ਹੈ ਰਾਣਾ ਰੋਣਾ ਪੁਰ ਹੈ ਟੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਪ੍ਰੇਰਨਾ ਬੰਦੇ ਕੀਰ ਇਹਾ ਕੀ ਲਿਖਿਆ ਕਰਦੇ ਹੋਏ ਕੁਛ ਪਹਿਲਾਂ ਪਰਿਵਾਰ ਨੂੰ ਸ੍ਰੀ ਛੋੜਾ ਦੇ ਸਮੂਹ ਪਰਿਵਾਰ ਇਕੱਤਰ ਹੋ ਕੇ ਉਹਨਾਂ ਦੀ ਮਿੱਟੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਪਾਵਨ ਪੁੱਤਰ ਸਰੂਪ ਪਰਸੋਂ ਤੁਰਕੀ ਬਾਣੀ ਆਈ ਅਣਜਾਣ ਬੱਚੇ ਸਮਝ ਕੇ ਮਾਫ ਕਰਦੇ ਸਮਾਜ ਤੋਂ ਬਚਣੀ ਅੱਗੇ ਵਾਸਤੇ ਇਸ ਤਰ੍ਹਾਂ ਸੇਵਾ ਸੰਭਾਲ ਸੇਵਕਾਂ ਨੂੰ ਬਚਣ ਕਰਨੀ ਔਰ ਵਸਮਾਖੀਆਂ ਪਰਿਆ ਸੁਭਾਗਾ ਰੋਸ਼ਨ ਕਰਨਾ ਪਰਿਵਾਰ ਕਰਦੇ ਹਾਂ ਕਈ ਤਰ੍ਹਾਂ ਦੀਆਂ ਭੁੱਲਾਂ ਹੋ ਕੇ ਜਾਣ ਬੱਚੇ ਸਮਝ ਕੇ ਮਾਫ਼ ਕਰਨੀ
سندر مالے پیدا کیتے گئے انگی کارگانے سیرکان دے کان پڑتے جگنے لوگ پر لوگ سہاری ہونا اتنیاں سواہاں گھر پروان کرنے دوکوں بھول پر پر پرائے یہ لوگ سکھیے پر لوگ سہیلے نان گھر پر آپ پر ملے دیا بخشاں کرنیا اون والا سما کشیاں پر ایسا آگا سما حسن کرنا ساتھیاں سنگان جارتی پاشاری دیان سمجھ مالے پر پر حالے کی دیان ਤੇ ਮਾਰ ਚੰਗੇ ਸਖਣਾ ਕਮਾਲ ਚਲਾਉਣੀ ਆਈਆਂ ਸੰਤਾਂ ਦੀ ਹਾਰੀ ਦਾ ਪ੍ਰਵਾਨ ਕਰੀ ਦੂਰੋਂ ਮੇਰੋ ਸੰਤਾਂ ਆਈਆਂ ਸਭ ਦੀ ਭੇਟਾ ਦਾ ਪ੍ਰਵਾਨ ਕਰਨੀ ਹਾਰੀ ਦਾ ਪ੍ਰਵਾਨ ਕਰਨੀਆਂ ਕੜਾ ਪ੍ਰਸ਼ਾਦ ਇੱਕ ਸਾਥ ਕੀ ਹਾਜ਼ਰ ਹੋਇਆ ਦਾ ਪ੍ਰਵਾਨ ਕਰੋ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿਸ਼ਵਤਮ ਦੀ ਆਗਿਆ ਰੋਜਨ ਕਰਨੀ ਆਈਆਂ ਸੰਤਾਂ ਵਾਸਤੇ ਗੁਰੂ ਕੇ ਲੰਗਰ ਸਾਥ ਕੀ ਹਾਜ਼ਰ ਕੀਤੇ ਦਾ ਪ੍ਰਵਾਨ ਕਰਨੇ ਕਾਵੇ ਕਾ ਤੇਰਾ ਮਨ ਭਾਈ ਤੋੜ ਨਾ ਆਵੇ ਵਾਧੂ ਜਾਈ ਪੁਲੇ ਗੜਾ جو مانگے چاہے اپنے تے سوئی سوئی دے رہے نال دس مکتے جو بولے ਸੋ ਚੱਪੀਆ
ਸੁਧਿ ਸਕੇ ਪਾਤਸ਼ਾਹ ਆ ਜਨਮ ਜਨਮ ਦੀ ਕਟੀ ਆ ਸੱਜਣ ਸੱਜਾ ਪਾਤਸ਼ਾਹ ਸਿਰ ਸਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਅਨਸਾਰ ਵਾਹਿਗੁਰੂ ਸਾਹਿਬ ਜੀਓ ਸੋਹੀ ਆਵੇ ਸੋਧਨ ਜਾਹੀ ਕੂਚ ਰਹਿਣ ਫਿਰ ਜੋ ਦਿਨ ਆਵੇ ਸੋਧਨ ਜਾਹੀ ਕਰਨਾ ਕੂਚ ਰਹਿਣ ਫਿਰ ਨਾਹੀ ਸੰਗ ਚਲਤ ਹੈ ਹਮ ਵੀ ਚਲ ਦੂਰ ਗਮ ਸਿਰ ਉਪਰ ਮਰਨਾ ਕਿਆ ਤੋ ਸੋਇਆ ਜਾਗ ਪਿਆਨਾ ਤੈ ਜੀਵਨ ਜਗ ਸਚ ਕਰ ਜਾਣਾ ਰਹਾਉ ਜਿਨ ਜੀਓ ਦੀਆ ਸੋ ਜਿਤ ਬਲਾਵੈ ਸਭ ਕਟ ਭੀਤਰ ਹਾਟ ਬਲਾ ਕਰਾਵੈ ਕਰ ਬੰਦਗੀ ਛਾੜ ਮੈਂ ਮੇਰਾ ਹਿਰਦੈ ਨਾਰ ਸਵੇਰਾ ਜਨਮ ਸਰਾਨੂ ਪੰਥ ਨਾ ਖਾਨ ਪਰੀ ਰੰਸ ਅੰਧਿਆਰਾ ਕਹਿ ਰਵਿਦਾਸ ਦਿਵਾਨੇ ਇਸ ਨਾਹੀ ਦੁਨੀਆ ਪਨਕਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਹੀ ਜੋਦਨ ਆਵੈ ਸੋਧਨ ਜਾਹੀ ਕਰਨਾ ਕੂਚ ਰਹਿਣ ਫਿਰ ਨਾਹੀ ਸੰਗ ਕਰਤ ਹੋਇ ਹਮ ਕੀ ਗੁਰੂ ਪਿਆਰ ਦੀ ਸਾਧ ਸੰਗਤ ਜੀ ਜੋ ਆਪ ਜੀ ਪਤਾ ਦਰ ਘਰ ਦੀ ਸਵਾਮ ਬੀਬੀ ਬਲਜੀਤ ਕੌਰ ਜਿਹਨੇ ਕਿ ਪ੍ਰਮਾਤਮਾ ਨੇ ਸਵਾਸ ਕੀਤੇ ਨੇ ਸਵਾਸਾਂ ਰਾਣੀ ਨੂੰ ਭੁਗਦੇ ਹੋਏ ਸੰਸਾਰ ਦੀ ਯਾਤਰਾ ਕਰਦੇ ਹੋਏ ਕੁਝ ਮਹੀਨੇ ਤੋਂ ਪਰਿਵਾਰ ਨੂੰ ਸਲਾਹ ਦੇ ਗਏ ਹਨ ਸਮੂਹ ਪਰਿਵਾਰ ਇਕੱਤਰ ਹੋ ਕੇ ਉਹਨਾਂ ਦੀ ਮਿੱਠੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਬੈਠੇ ਪਰਸੋਂ ਤੋਂ ਧੁਰਕੀ ਬਾਣੀ ਆਈ ਤੇ ਸਗਲੀ ਜਿੰਦ ਮਟਾਈ ਨੇ ਸ੍ਰੀ ਅਖੰਡ ਪਾਠ ਸਾਹਿਬ ਜਾਪ ਕਰਵਾਏ ਹੋਏ ਸਨ ਜੋ ਪਰਿਵਾਰ ਵੱਲੋਂ ਸਵਾਵਾਂ ਹੋਈ ਜਿੰਨੀਆਂ ਸੰਗਤਾਂ ਆਈਆਂ ਸਿੱਖ ਪਰਿਵਾਰ ਵੱਲੋਂ ਗੁਰੂ ਕੇ ਲੰਗਰ ਛੱਕ ਕੇ ਹਾਜ਼ਰ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਕੇ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਗੁਰੂ ਸਾਹਿਬ ਜੀ ਆਪਣੇ ਸਥਾਨ ਤੇ ਜਾਣਗੇ ਉਸ ਤੋਂ ਬਾਅਦ ਗੁਰੂ ਕੇ ਲੰਗਰ ਚੱਲਣਗੇ ਸੰਗਤਾਂ ਨੂੰ ਬੇਨਤੀ ਪਾਈ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਹੁਣ ਪ੍ਰਾਹ ਪ੍ਰਸ਼ਾਦੀ ਦੇ ਵਰਤਾਈ ਜਾਏਗੀ ਹੁਣ ਜਾਪ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪੋ ਸਤਨਾਮ 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 ਦੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਜੀ
ਸਤਨਾਮ 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 ਜੀ ਵਾਹਿਗੁਰੂ 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 ਜੀ ਤਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਣ ਲੈ ਸਕਦਾ Thank you.
Thank you.
Thank you.
ਸਟੈਂਡ ਲਾਵਾਂ ਨਾ ਸਟੈਂਡ ਲਾਵਾਂ ਨਾ Gracias.
I'm
رات دے دو دو رات دے چون آج پلیٹ تی رات دے ठीक है ना बात सुनो बस बाय ओए होए बुग्गा एक नहीं लाए अब तो एक बार चलो ठीक है जी ना finish of the Boji Boji Karo sahi hai sara kuch hello